ਚੱਲ ਗਏ ਆ ਮੇਨ ਮਾਰਕੀਟ 'ਚ। ਹੁਣ ਤੁਹਾਨੂੰ ਦਿਖਾਉਂਦੇ ਆ ਪ੍ਰੇਅਰ ਵੀਲ। ਚੱਲੀ ਇੱਧਰੋਂ ਦੀ ਇੱਧਰੋਂ ਦੀ ਇਹ ਚੱਲ ਘੁਮਾ ਦੀ ਸੈਨਾ ਨੂੰ। ਹੈਂ ਚੱਲ ਹੋ ਜਾਓ ਅੱਗੇ ਜਾਣ ਤੇ ਫਿਰ ਉੱਧਰੋਂ ਚੱਲੀਏ ਉੱਧਰੋਂ ਜਾ। ਇਹ ਕੀ ਚੀਜ਼ ਹੈ? ਮੋਮੋਸ। ਓਹ ਆਈ ਡੋਂਟ ਲਾਈਕ ਮੋਮੋਸ। ਆਹ ਕੈਬ ਵੀਡੀਓ ਸ਼ਾਨਦਾਰ ਹੈ ਯਾਰ ਇੱਧਰ ਹੈ ਨਾ ਸਟੋਲ। ਦੋਸਤੋ ਇਹ ਆ ਪ੍ਰੇਅਰ ਵੀਲ ਅਤੇ ਤਿਬਤੀ ਲੋਕ ਇਹਨੂੰ ਘੁਮਾ ਕੇ ਪ੍ਰਾਰਥਨਾ ਕਰਦੇ ਪਰਮਾਤਮਾ ਅੱਗੇ ਅਤੇ ਆਪਣੀ ਵਿਸ਼ ਪੂਰੀ ਕਰਨ ਵਾਸਤੇ ਪ੍ਰੇਅਰ ਕਰਦੇ ਆ। ਇੱਥੇ ਨਾ ਮੋਮੋਜ ਦਾ ਟ੍ਰੈਂਡ ਜ਼ਿਆਦਾ ਨਹੀਂ ਹੈ, ਮੋਮੋਜ ਜ਼ਿਆਦਾ ਚਾਈਨੀਜ਼ ਫੂਡ ਹੈ ਨਾ। ਆਹ ਤਾਂ ਹੋਰ ਹੀ ਕੋਈ ਚਿਪਸ ਵਗੈਰਾ ਹੈਗੀ ਆ, ਉਹ ਚਿਪਸ ਵਗੈਰਾ ਹੈਗੀ ਆ, ਉਹ ਇਹ ਚਿਪਸ ਵਗੈਰਾ ਹੈਗੀ ਹੈ ਨਾ, ਫਰਾਈਡ ਚਿਪਸ ਬਣਾਉਂਦੀ। ਮਕਲੋੜਗੰਜ ਦੀ ਮੇਨ ਮਾਰਕੀਟ ਆ, ਬਹੁਤ ਹੀ ਵਧੀਆ ਮਾਰਕੀਟ ਹੈ। ਕੀ
ਕੁੱਤੇ ਇੱਥੋਂ ਦੇ ਬਹੁਤ ਹੀ ਨਾ ਮਤਲਬ ਕਿ ਪਲੇ ਹੋਏ ਪਲੇ ਹੈ ਨਾ, ਅਤੇ ਮਤਲਬ ਕਿ ਬਹੁਤ ਹੀ ਜ਼ਬਰ ਹੈਗੇ। ਆਪਾਂ ਦਿਸ਼ਾ ਉਦੋਂ ਇੱਧਰ ਨੂੰ ਆਏ ਹਾਂ ਹੈ ਨਾ, ਤੈਨੂੰ ਯਾਦ ਹੈ ਕਿ ਨਹੀਂ? ਇੱਧਰ ਨੂੰ ਹੀ ਉਹ ਜਦੋਂ ਉੱਪਰ ਹੈ ਉੱਧਰ ਇੱਧਰ ਵੀ ਆਏ ਹਾਂ, ਚੱਲ ਉੱਧਰ ਵੀ ਜਾਂਦੇ ਹਾਂ। ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਨਾ, ਸਟੋਨ ਕਿੰਨੀ ਤਰ੍ਹਾਂ ਦੇ, ਵੱਖ ਵੱਖ ਤਰ੍ਹਾਂ ਦੇ ਸਟੋਨ ਹੈਗੇ। ਕਿੰਨੀ ਤਰ੍ਹਾਂ ਦੇ ਸਟੋਨ, ਪੁਰਾਣੀਆਂ ਪੁਰਾਣੀਆਂ ਚੀਜ਼ਾਂ ਵੀ ਬੜੀਆਂ ਮਿਲਦੀਆਂ, ਔਰ ਆਵੇ ਪੁਰਾਣੇ ਜ਼ਮਾਨੇ ਦੀਆਂ ਨਹੀਂ ਚੀਜ਼ਾਂ ਹੁੰਦੀਆਂ ਜਿਹੜੀਆਂ, ਆਵੇ ਸਾਰੀਆਂ ਪੁਰਾਣੇ ਜ਼ਮਾਨੇ ਦੀਆਂ। ਰੋਟੀ ਖਾ ਹੀ ਲਈਏ ਪਹਿਲਾਂ, ਵੈਜੀਟੇਰੀਅਨ ਪੰਜਾਬੀ ਢਾਬਾ। ਜਿਹੜਾ ਢਾਬਾ ਪਸੰਦ ਹੁੰਦਾ ਉੱਥੇ ਜਗ੍ਹਾ ਨਹੀਂ ਹੁੰਦੀ, ਪ੍ਰੋਬਲਮ ਖੜੀ ਹੋਈ ਹੁੰਦੀ। ਪ੍ਰੋਬਲਮ ਖਰੀਦੀ ਸ਼ੋਪਿੰਗ ਕਰਨੀ ਕੁਛ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਨਾ ਕੋਈ ਦੇਖਣਾ ਜ਼ਿਆਦਾ। ਮਾਰਕੀਟ ਲੱਗਦਾ ਕਾਫੀ ਲੰਬੀ ਆ, ਬ੍ਰੇਸਲੈਟ ਦੇ ਹੋਣਾ ਨਹੀਂ ਹੈ ਕਿਤੇ ਨੂੰ ਦੂਰ ਲਾਈਟ ਪਾਸ ਕਰਾਏਗਾ ਨਾ। ਐਂਡ ਕੁਆਲਿਟੀ ਵੀ ਹੈ, ਵੇਖ ਕਿੰਨੀ ਤਰ੍ਹਾਂ ਦੇ ਪੱਥਰ ਹੈ ਜੀ, ਇਹਨਾਂ ਦਾ ਕੋਈ ਮਤਲਬ ਹੁੰਦਾ ਹੀ ਹੋਗਾ ਹੈ ਨਾ। ਤਾਲੇ ਬਣੇ, ਤਾਲੇ ਵੇਖ
ਇਹ ਲੋਕ ਹੈਗੇ ਆ ਕਿੰਨੇ ਦਾ ਹੈ? 2 ਲੰਡ 12 ਸੌ ਹੈ ਆਪਾਂ ਅੰਮਾ ਕਿਚਨ ਕਾਫੀ ਲੰਮੀ ਮਾਰਕੀਟ ਹੈ ਹਨਾ। ਇੱਧਰ ਵੀ ਬੈਠਾ ਭਈਆ ਕਿਤਨੇ ਕਾ ਜੀ? 300 ਦਾ 300 ਲੈਣੇ ਕਿੰਨੇ ਜੋ? 200 ਦੇ ਦੂੰ, ਦੇ ਦੂੰ 200 ਹੋ ਗਿਆ। ਫਰੈਸ਼ ਪੀਸ ਆਇਆ ਕੋਈ ਦੇ ਦੋ। ਕਿਸਕਾ ਜੀ? ਆ ਗਈ ਹੈ 10 ਮਿੰਟ ਕੀ? 10 ਮਿੰਟ ਅੱਛਾ, ਇਹਨੂੰ ਇੰਜ ਕਰ ਦਿੰਦੇ ਹੋਣੇ ਨਾ, ਜਦੋ ਰੇਤ ਥੱਲੇ ਡੇਗੀ ਫਿਰ 10 ਮਿੰਟ ਹੋ ਜਾਣਗੇ ਹੈ ਨਾ। ਇਹ ਕੀ ਚੀਜ਼? ਮਿਊਜ਼ੀਕਲ ਡ੍ਰਮ। ਹੈਪੀ ਡ੍ਰਮ ਬੋਲਦੇ ਨੇ ਸਭ ਨੂੰ। ਕਿੰਨੇ ਦਾ ਹੈ? 1200 ਆ ਦੇ ਦੋ ਯਾਰ, ਫਰੈਸ਼ ਪੀਸ ਦੇ ਦੇ। ਉਹ ਬੜਾ ਵਾਲਾ ਇਹ ਵਾਲਾ ਹਾਂ ਹਾਂ, ਇਹ ਫਰੈਸ਼ ਪੀਸ ਦੇ ਦੇ। 400 ਕਹੇ ਜੀ? 200 ਕੀ ਪਰ ਬਾਤ ਕੀ ਉਹਨਾਂ ਨੇ? ਅਬ ਬਾਹਰ ਕਾ ਹੈ ਉਹ, ਇਧਰ ਕਾ ਥੋੜੀ ਹੈ ਸਰ। ਨਾ ਅਭੀ ਤਾਂ ਉਹ ਬੋਲਾ ਦੋ ਕਿ ਜੋ ਵੀ ਫਲੇਗਾ ਤੋ ਕਹਾਂ ਸੇ ਹੋਗਾ ਜੀ। ਲੈ ਮਿੰਟ 'ਚ ਮੁੱਕਰ ਜਾਂਦੇ ਯਾਰ, ਤੇ ਮਿੰਟ 'ਚ ਮੁੱਕਰ ਗਿਆ। 200 ਦਾ ਕਹਿ ਗਏ ਤੇ ਹੁਣ ਕਹਿੰਦਾ ਨਹੀਂ ਮੈਂ 400 ਦਾ ਜੀ। ਇਹ ਕੀ ਆ ਇੱਧਰ ਵੀ ਸਾਹਿਬ? ਇਹ ਇੱਧਰੋਂ ਨਹੀਂ ਆ ਗਏ ਆਪਾਂ? ਇਹ ਕੀ ਹਿਸਾਬ ਕਿਤਾਬ ਹੋਇਆ? ਮੈਂ ਸਮਝਿਆ ਉਹ ਮਾਰਕੀਟ ਉਧਰੋਂ ਦੀ ਘੁੰਮ ਕੇ ਆਉਣਾ ਵਾ, ਪਰ ਅਸੀਂ ਇਧਰੋਂ ਦੀ ਸੁੱਖ ਹੀ ਆ ਗਏ। ਹੁਣ ਉਹ ਫਿਰ ਦਲਾਈ ਲਾਮਾ ਮੰਦਰ ਤੇ ਵੇਖਿਆ ਨੀ? ਉਹੋ ਹੀ ਫਿਰ ਬਾਬਾ ਮੰਦਰ ਵੇਖਿਆ ਦਿਸ਼ਾ, ਉਹ ਮੇਨ ਇਧਰੋਂ ਦੀ ਪੈਂਦਾ। ਮੈਨੂੰ ਭੁਲੇਖਾ ਫਿਰ ਤਾਂ ਹੀ ਲੱਗਣ ਦਿਆ। ਆਵੇ ਆ ਗਈ ਆ ਹਾਂ, ਸਮੈਲ ਬਹੁਤ ਜ਼ਬਰ ਹੈ ਨਾ ਫਰੂਟਸ ਦੀ। ਚੱਲ ਆਏ ਹੁਣ ਆਪਾਂ ਦਲਾਈ ਲਾਮਾ ਮੰਦਰ ਵੇਖ ਲੈਂਦੇ ਹਾਂ, ਠੀਕ ਹੈ ਨਾ? ਪਹਿਲਾਂ ਖਾਣਾ ਜੇ ਤਾਂ ਲੱਭਦੀ ਜੇ
ਵੈਜੀਟੇਰੀਅਨ ਸ਼ੌਪ ਤੇ ਖਾ ਲੈਣੇ ਨਹੀਂ ਤਾਂ ਫਿਰ ਹੁਣ ਅਸੀਂ ਆ ਗਏ ਹਾਂ ਦਲਾਈ ਲਾਮਾ ਮੰਦਰ ਮੇਨ ਅਟਰੈਕਸ਼ਨ ਸਟਾਰ ਫਰੂਟ ਅਸੀਂ ਉੱਥੇ ਖਾਧਾ ਸੀ ਨਾ ਵਿਸ਼ਾਲ ਮਾਤਾ ਦੇ ਹਨਾ ਕਿੰਨੇ ਦਾ ਸਟਾਰ ਫਰੂਟ ਹਾਂਜੀ ਕਿੰਨੇ ਦਾ 50 ਰੁਪਏ ਪਲੇਟ ਆ ਨਾ ਪਲੇਟ ਚ ਕਿੰਨੇ ਹੁੰਦੇ 3 ਤੇ 4 ਪੀਸ ਹੁੰਦੇ 3 ਤੇ 4 ਪੀਸ ਖਾਣਾ ਸਟਾਰ ਫਰੂਟ ਬੜੀ ਹੈ ਖੱਟਾ ਵਿੱਚ ਚਲ ਆਣ ਕੇ ਇਹ ਮੇਰਾ ਹਮੇ ਸਾਰੇ ਦਾ ਸਾਰੇ ਫੋਟੋ ਦਿਖਾ ਕੇ ਜਦ ਵੀ ਅਸੀਂ ਉਹ ਮਾਤਾ ਦੇ ਖਾਧਾ ਸੀ ਨਾ ਪਤਾ ਨਹੀਂ ਕਿਹੜੀ ਮਾਤਾ ਦੇ ਖਾਧਾ ਸੀ ਜਵਾਲਾ ਜੀ ਖਾਧਾ ਸੀ ਇਹੋ ਸਟਾਰ ਫਰੂਟ ਹੈ ਨਾ ਹਾਂ ਚਿੰਤਪੁਰਨੀ ਖਾਧਾ ਸੀ ਮੈਨੂੰ ਹੁਣ ਯਾਦ ਨਹੀਂ ਪੈਣੀ ਕਿੱਥੇ ਖਾਧਾ ਉੱਪਰ ਮੰਦਰ ਆ ਬੜਾ ਵਧੀਆ ਬਣਿਆ ਸੀ ਅੱਗੇ ਤਾਂ ਆਪਾਂ ਗਏ ਹਾਂ ਜਦੋਂ ਹੁਣ ਪਤਾ ਨਹੀਂ ਕਿਸ ਤਰ੍ਹਾਂ ਦਾ ਮੰਦਰ ਉੱਪਰੋਂ ਕੁਛ ਇਸ ਤਰ੍ਹਾਂ ਦਾ ਵਾ ਆ ਬਜ਼ੁਰਗ ਨੇ ਜਿਹੜੀ ਆ ਚੀਜ਼ ਫੜੀ ਆ ਨਾ ਇਹਨੂੰ ਘੁਮਾਉਂਦੇ ਜਾਂਦੇ ਅਤੇ ਮੰਤਰ ਪੜ੍ਹਦੇ ਜਾਂਦੇ ਆ ਭਗਵਾਨ ਦਾ ਨਾਂ ਲੈਂਦੇ ਆ ਅਤੇ ਇੱਕ ਮੰਦਰ 'ਤੇ ਇੱਥੇ ਵੀ ਕੁਛ ਬਣਿਆ ਉੱਧਰ ਰਸਤਾ ਪਰ ਮੰਦਰ ਉੱਧਰ ਨਹੀਂ ਗਿਆ ਮੰਦਰ ਇੱਧਰ ਉੱਪਰ ਕਿੱਧਰ ਜਦੋਂ ਆਪਾਂ ਪਿਛਲੀ ਵਾਰ ਆਏ ਸੀ ਨਾ ਉਦੋਂ ਬੱਦਲ ਹੋਇਆ ਸੀ ਬਾਰਿਸ਼ ਹੋਣੀ ਸੀ ਅਤੇ ਮਤਲਬ ਕਿ ਐਂ ਲੱਗਦਾ ਬੱਦਲ ਇੱਥੇ ਹੀ ਆ ਹੁਣ ਐਸਾ ਤਾਂ ਬੱਦਲ ਹੀ ਨਾ ਗੇ ਨਹੀਂ ਤਾਂ ਇੰਨੀ ਉੱਚਾਈ 'ਤੇ ਲੱਗਦਾ ਕਿ ਬੱਦਲ ਇੱਥੇ ਹੀ ਆ ਉੱਪਰੋਂ ਕੁਝ ਇਸ ਤਰ੍ਹਾਂ ਦਾ ਸੀਨ ਆ ਮੇਨ ਮੰਦਰ ਹੈਗਾ ਇੱਥੇ ਤਿਬਤੀ ਲੋਕ ਪ੍ਰੇਅਰ ਵਗੈਰਾ ਕਰਦੇ ਆ ਅਤੇ ਕਾਫੀ ਲੋਕ ਇੱਥੇ ਮੱਥਾ ਟੇਕਣ ਵੀ ਆਏ ਆ ਦਰਖਤ ਦੀ ਲੈਂਥ ਵੇਖੋ ਕਿੱਡੀ ਹੋ ਗਈ ਜਿਮ ਥੱਲਿਓਂ ਉੱਪਰ ਤੱਕ ਐਡੀ ਉੱਚੀ ਮੰਜ਼ਿਲ ਦੇ ਵਿੱਚੋਂ ਦੀ ਨਿਕਲਣ ਡਿਆ ਜਿਹੜਾ ਉਹ ਇੱਧਰੋਂ ਦੀ ਐਂਟਰੀ ਹੈਗੀ ਆ ਗੱਲ ਹੈ ਨਾ ਜਾਣਦੇ ਹੋ ਇਹ ਮੰਦਰ ਦੀ ਐਂਟਰੀ ਆ ਕਿੰਨੀ ਤਰ੍ਹਾਂ ਦੇ ਭੋਗ ਲਗਾਏ ਆ ਉਹਨਾਂ ਨੇ
ਕਦੀ ਵੀ ਬੁਰਾ ਕੰਮ ਨਾ ਕਰੋ, ਇਮਾਨਦਾਰੀ ਨਾਲ ਧਨ ਇਕੱਠਾ ਕਰੋ। ਅਤੇ ਅੱਛਾ ਵੈ ਹੁਣ ਤੁਹਾਨੂੰ ਬਾਹਰ ਦਾ ਸੀਨ ਖੋਨੇ ਉੱਪਰੋਂ। ਆਹ ਚੀਜ਼ ਆ, ਮੰਦਰ ਐਡਾ ਉੱਚਾ ਕਿ ਪਹਾੜ ਦੇ ਬਰਾਬਰ 'ਤੇ ਆ, ਅਤੇ ਜਦੋਂ ਬੱਦਲ ਹੁੰਦਾ ਨਾ ਕਿਸੇ ਵੇਲੇ, ਬੱਦਲ ਇੱਥੇ ਹੱਥ ਨਾਲ ਛੂਹ ਸਕਦੇ ਹਾਂ, ਇੰਨਾ ਉੱਚਾ ਹੁੰਦਾ ਕਿ ਇੱਥੋਂ ਬੱਦਲ ਹੱਥ ਨਾਲ ਛੂਹਿਆ ਜਾ ਸਕਦਾ। ਇਸ ਵਕਤ ਮੌਸਮ ਸਾਫ਼ ਆ, ਧੁੱਪ ਨਿਕਲੀ ਆ, ਪਰ ਪਤਾ ਨਹੀਂ ਲੱਗਦਾ ਕਿ ਕਦੋਂ ਇੱਥੇ ਮੀਂਹ ਪੈ ਜਾਣਾ ਅਤੇ ਕਦੋਂ ਮਤਲਬ ਕਿ ਬੱਦਲ ਹੋ ਜਾਣਾ ਵਾ, ਕਦੋਂ ਬਰਫ਼ ਡਿੱਗਣੀ ਸ਼ੁਰੂ ਹੋ ਜਾਣੀ ਆ, ਕੋਈ ਪਤਾ ਨਹੀਂ ਹੁੰਦਾ ਇੱਥੋਂ ਦਾ। ਪਰ ਬਹੁਤ ਸ਼ਾਨਦਾਰ ਵਿਊ ਹੈਗਾ, ਚਲੀਏ ਦਿਸ਼ਾ। ਉਹ ਥੱਲੇ ਲੱਗਦਾ ਘੋੜਾ ਚੰਗੇ ਇਸ ਜਗ੍ਹਾ ਦੇ ਨਾ, ਇੱਥੇ ਲੋਕ ਮੈਡੀਟੇਸ਼ਨ ਵੀ ਕਰਦੇ, ਇਹਨਾਂ ਦੇ ਜਿਹੜੇ ਦਲਾਈ ਲਾਮਾ ਦੇ ਜੋ ਵੀ ਹੋ ਗਏ ਆਪਣੇ ਅਨੁਰਾਈ ਹੁੰਦੇ ਜਿਹੜੇ ਚੇਲੇ, ਇੱਥੇ ਮੈਡੀਟੇਸ਼ਨ ਕਰਦੇ, ਕਈ ਵਾਰ ਕਰਦੇ ਹੁੰਦੇ, ਮੈਂ ਹਸ ਵਿਸ ਦੇ ਟਾਈਮ ਕਰਦੇ ਹੋਣਗੇ। ਇਸ ਵਕਤ ਸ਼ਾਮ ਦਾ ਟਾਈਮ ਆ, ਮੰਦਰ 'ਚ ਪੂਜਾ ਪਾਠ ਵੀ ਹੋਣ ਨਹੀਂ ਹੁੰਦੀ ਉਦੋਂ, ਸਵੇਰੇ ਵੀ ਅਤੇ ਸ਼ਾਮ ਨੂੰ ਵੀ, ਇਸ ਵੇਲੇ ਕੁਛ ਨਹੀਂ ਹੁੰਦਾ।